ਦੋ ਧਿਰਾਂ ਹੋਈਆਂ ਆਮੋ ਸਾਹਮਣੇ ਟਰਾਂਸਫਾਰਮਰ ਨੂੰ ਲੈ ਕੇ ਭਿੜੇ ਲੋਕ। ਖੰਭੇ ਲਗਾਉਣ ਲਈ ਪਹੁੰਚਿਆ ਸੀ ਬਿਜਲੀ ਵਿਭਾਗ, ਮੌਕੇ 'ਤੇ ਹੀ ਹੋ ਗਈ ਤਿੱਖੀ ਬਹਿਸ। ਖਬਰ ਅੰਮ੍ਰਿਤਸਰ ਦੇ ਪਿੰਡ ਰੱਖ ਮਾਨਾਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਬਿਜਲੀ ਦੇ ਖੰਭੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਹਾਲਾਂਕਿ JCB ਮਸ਼ੀਨਾਂ ਦੀ ਮਦਦ ਦੇ ਰਾਹੀਂ ਬਿਜਲੀ ਵਿਭਾਗ ਦੇ ਅਧਿਕਾਰੀ ਖੰਭੇ ਲਗਾਉਣ ਲਈ ਪਹੁੰਚੇ ਸੀ, ਪਰ ਉੱਥੇ ਹੀ ਮੌਕੇ 'ਤੇ ਦੋ ਧਿਰਾਂ ਆਮੋ ਸਾਹਮਣੇ ਹੋ ਜਾਂਦੀਆਂ ਨੇ। ਗੱਲ ਉਸ ਵਕਤ ਵੱਸੋ ਬਾਹਰ ਹੋ ਜਾਂਦੀ ਹੈ ਜਦ ਦੋਵੇਂ ਧਿਰਾਂ ਤਿੱਖੀ ਬਹਿਸ 'ਤੇ ਉਤਰ ਆਉਂਦੀਆਂ ਨੇ ਅਤੇ ਫਿਰ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਹਾਲਾਂਕਿ ਇੱਕ ਧਿਰ ਦਾ ਕਹਿਣਾ ਹੈ ਕਿ ਬੀਤੇ 4 ਸਾਲ ਤੋਂ ਇਸ ਟਰਾਂਸਫਾਰਮਰ ਨੂੰ ਲਗਾਉਣ ਨੂੰ ਲੈ ਕੇ ਟੇ ਲੱਗਾ ਹੋਇਆ ਸੀ, ਪਰ ਫਿਰ ਵੀ ਅੱਜ ਧੱਕੇਸ਼ਾਹੀ ਦੇ ਨਾਲ ਇੱਥੇ ਖੰਭੇ ਲਗਾਏ ਜਾ ਰਹੇ ਨੇ ਅਤੇ ਸਾਡਾ ਕੇਸ ਪਹਿਲਾਂ ਤੋਂ ਹੀ ਚੱਲ ਰਿਹਾ ਸੀ। ਅਤੇ ਉਹ ਦੂਸਰੇ ਪਾਸੇ ਦੂਸਰੇ ਪੱਖ ਦਾ ਧਿਰ ਦਾ ਹੀ ਕਹਿਣਾ ਕਿ ਜੇ ਸੰਬੰਧਿਤ ਕਾਗਜ਼ਾਤ ਨੇ ਸਟੇ ਦੇ ਤਾਂ ਉਹ ਪੇਸ਼ ਕਰਨ ਤਾਂ ਜੋ ਅਸੀਂ ਇਸ ਚੀਜ਼ 'ਤੇ ਯਕੀਨ ਬਣਾ ਸਕੀਏ। ਪਰ ਹਾਲਾਂਕਿ ਇੱਕ ਧਿਰ ਦਾ ਹੀ ਕਹਿਣਾ ਹੈ ਕਿ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ ਹੈ ਅਤੇ ਧੱਕੇਸ਼ਾਹੀ ਦੇ ਕਾਰਨ ਹੀ ਇਹ ਜੋ ਖੰਭੇ ਨੇ ਲਗਾਏ ਜਾ ਰਹੇ ਨੇ। ਹਾਲਾਂਕਿ ਸਟੇ ਲੱਗਾ ਹੋਇਆ ਸੀ ਅਤੇ ਫਿਰ ਵੀ ਉਸ ਚੀਜ਼ਾਂ ਦੀ ਧਿਆਨ ਨਾ ਰੱਖਦੇ ਹੋਏ ਇਹ ਖੰਭੇ ਲਗਾਏ ਜਾ ਰਹੇ ਨੇ ਜੋ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਮੌਕੇ 'ਤੇ ਹੀ ਪੁਲਿਸ ਪਹੁੰਚਦੀ ਹੈ। ਦੋਹਾਂ ਧਿਰਾਂ ਦੇ ਵਿਚਾਲੇ ਜੋ ਤਿੱਖੀ ਬਹਿਸ ਚੱਲ ਰਹੀ ਹੁੰਦੀ ਹੈ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਸੰਬੰਧਿਤ ਧਿਰ ਦਾ ਕਹਿਣਾ ਹੈ ਕਿ ਜੇ ਦੂਸਰੇ ਧਿਰ ਕੋਲ ਕਾਗਜ਼ਾਤ ਨੇ ਸਟੇ ਦੇ ਤਾਂ ਉਹ ਦਿਖਾਉਣ ਤਾਂ ਜੋ ਅਸੀਂ ਉਸ 'ਤੇ ਚਰਚਾ ਕਰ ਸਕੀਏ। ਪਰ ਦੂਸਰੇ ਪਾਸੇ ਦੂਸਰੇ ਧਿਰ ਦਾ ਹੀ ਕਹਿਣਾ ਕਿ ਅਸੀਂ ਹੁਣ ਹਾਈਕੋਰਟ ਦੇ ਵਿੱਚ ਇਸ ਦੀ ਆਵਾਜ਼ ਚੁੱਕਾਂਗੇ ਅਤੇ ਇਸ ਸੰਬੰਧੀ ਜੋ ਅਗਲੀ ਕਾਰਵਾਈ ਹੈ ਉਸਦੀ ਮੰਗ ਕਰਦੇ ਹਾਂ। ਪਰ ਫਿਲਹਾਲ ਅੰਮ੍ਰਿਤਸਰ ਦੇ ਮਾਨਾਵਾਲੇ ਦੇ ਰੱਖ ਮਾਨਾਵਾਲੇ ਪਿੰਡ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਬਿਜਲੀ ਦੇ ਖੰਭੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ, ਆਪਸ 'ਚ ਤਿੱਖੀ ਬਹਿਸ ਹੋਈ ਹੈ। ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ 2020 ਦਾ ਐਸਟੀਮੇਟ ਪਾਸ ਹੋਇਆ ਆ, ਉਹਦੇ ਵਿੱਚ ਇਹ ਜਿਹੜੀ ਦੇ ਰਿਹਾ ਨਾ ਆਹ ਘਰਾਂ ਵਾਲੇ, ਇਹਨਾਂ ਨੇ ਸਟੇ ਲਿਆਂਦਾ ਸੀ ਅਦਾਲਤ ਤੋਂ ਅਤੇ 4 ਸਾਲ ਕੇਸ ਚੱਲਿਆ। ਹੁਣ ਸਟੇ ਮੈਂ ਉਹਨੇ ਤੋੜ ਦਿੱਤਾ ਅਦਾਲਤ ਨੇ, ਨਾਲ ਹੀ ਅਦਾਲਤ ਨੇ ਕਹਿੰਦਾ ਕੰਮ ਕਰੋ, ਅੱਗੋਂ ਹਾਈਕੋਰਟ 'ਚ ਦੂਜੀ ਧਿਰ ਨੇ ਅਪੀਲ ਪਾਈ, ਸਾਡਾ ਕੰਮ ਨਹੀਂ ਹੁੰਦਾ ਪਿਆ। ਇਸ ਕਰਕੇ ਮਹਿਕਮੇ ਨੂੰ ਪ੍ਰੈਸ਼ਰ ਆ ਵੀ ਕੰਮ ਕੀਤਾ ਜਾਵੇ, ਗੱਲ ਦੱਸਣਾ ਆ ਪੈਲੀਆਂ ਚ ਰਾਹਾਂ ਥਾਣੀਆਂ ਆਉਣ ਡਈ ਆ, ਸੜਕਾਂ ਥਾਣੀ ਆਉਣ ਡਈ ਆ, ਇਹ ਵੀ ਇਸੇ ਤਰ੍ਹਾਂ ਸੜਕ 'ਚ ਆ, ਇਹੋ ਜਿਹੀ ਗੱਲ ਨੀ ਹੈਗੀ ਕੋਈ ਵੀ। ਹੁਣ ਤੇ ਪਹਿਲਾਂ ਵੀ ਸਹਿਮਤੀ ਹੋ ਗਈ ਸੀ, ਇੱਥੇ ਆ ਕੇ ਮਾੜੀ ਮੋਟੀ ਉਨੀ ਕੀ ਹੋਈ ਆ, ਲਗਭਗ ਸਹਿਮਤੀ ਆ। 6 ਖੰਭੇ ਲੱਗਣੇ ਆ, ਅਜੇ ਲੱਗਣ ਡੇ, ਬਾਕੀ ਨੇ 4 ਲੱਗੇ ਆ। ਇੱਥੇ ਟਰਾਂਸਫਾਰਮ ਦਾ ਝਗੜਾ ਚੱਲਦਾ ਸੀ ਜੀ, ਅਤੇ ਜੇਈ ਸਾਹਿਬ ਨੇ ਪ੍ਰੋਟੈਕਸ਼ਨ ਲਈ ਹੈ ਜੀ, ਉਹਦੀ ਪ੍ਰੋਟੈਕਸ਼ਨ 'ਤੇ ਆਏ ਹਾਂ। ਦੋਨਾਂ ਪਾਰਟੀਆਂ ਦੀ ਸਹਿਮਤੀ ਨਾਲ ਕੰਮ ਹੋ ਗਿਆ ਜੀ, ਉਹਨਾਂ ਦਾ ਨਿਰਵਿਘਨ ਸੰਪੂਰਨ, ਬਸ ਤਾਰਾਂ ਪੈਣ ਵਾਲੀਆਂ ਬਾਕੀ ਆ ਜੀ। ਪਰਿਵਾਰਕਾਂ ਦਾ ਸਹਿਮਤੀ ਨਹੀਂ ਸਾਡੀ, ਸਹਿਮਤੀ ਹੋਈ ਆ ਤਾਂ ਪੈ ਗਈਆਂ ਜੀ। ਕੇਸ ਜੋ ਵੀ ਕੋਰਟ ਫੈਸਲਾ ਦੇਵੇਗੀ ਉਹ ਸਿਰ ਮੱਤੇ ਆ, ਜੋ ਵੀ ਸਰਕਾਰ ਫੈਸਲਾ ਦਊਗੀ ਉਹਦੇ ਮੁਤਾਬਕ। ਦੋਨਾਂ ਪਾਰਟੀਆਂ ਥਾਣੇ ਵੀ ਸਹਿਮਤੀ ਕਰਦੇ ਨੇ, ਉਹ ਕਹਿੰਦੇ ਕੀਤੀ ਨਹੀਂ ਸਾਡੇ ਤਾਂ ਜਿਹੜਾ ਪੂਰਾ ਕੀਤਾ ਨਹੀਂ ਨਹੀਂ ਗਲਤ ਪ੍ਰੋਸੈਸ ਨਾ ਕਹਿੰਦਾ ਜੀ ਨਾ ਮੰਨੋ ਤੁਹਾਡੇ ਪਰਚੇ ਕਰ ਦਾਂਗੇ। ਨਾ ਨਾ ਜੀ ਇੱਦਾਂ ਦੀ ਕੋਈ ਗੱਲ ਨਹੀਂ।
ਕੋਰਟ ਦਾ ਹੁਕਮ ਆ, ਕੋਰਟ ਦੇ ਹੁਕਮ ਦੀ ਪਾਲਣਾ। ਮੇਰਾ ਨਾਮ ਮਨਜਿੰਦਰ ਸਿੰਘ ਸਾਨਾ ਉਫ ਜਸਵੀਰ ਸਿੰਘ, ਪਿੰਡ ਰਾਖਮਾਨਾ ਵਾਲਾ, ਜ਼ਿਲ੍ਹਾ ਅੰਮ੍ਰਿਤਸਰ। ਮਸਲਾ ਇਹ ਵੀ ਸਾਡਾ 2020 ਦੇ ਵਿੱਚ ਟਰਾਂਸਫਾਰਮ ਦਾ ਐਸਟੀਮੇਟ ਪਾਸ ਹੋਇਆ, ਘਰਾਂ ਦੀ ਬਿਜਲੀ ਬਹੁਤ ਸਪਲਾਈ ਘੱਟ ਸੀ। ਜਿਹੜਾ ਪਹਿਲਾਂ ਟਰਾਂਸਫਾਰਮ ਉਹਦੇ ਤੋਂ ਸਾਡੇ ਘਰਾਂ ਦੀ ਜਿਹੜੀ ਦੂਰੀ ਆ ਉਹ ਤਕਰੀਬਨ 450 ਤੋਂ 500 ਮੀਟਰ ਪੈਂਦੀ ਸੀ। ਇਹ ਕਰਕੇ ਸਾਡੇ ਘਰਾਂ ਦੀ ਵੋਲਟੇਜ ਜਿਹੜੀ ਉਹ 80-90 ਦੇ ਆਸ ਪਾਸ ਆਉਂਦੀ ਸਾਰੀ, ਬਹੁਤ ਜ਼ਿਆਦਾ ਡਾਊਨ ਸੀ ਅਤੇ ਨੁਕਸਾਨ ਕਾਫੀ ਹੁੰਦਾ ਸੀ ਸਾਡੀਆਂ ਇਲੈਕਟ੍ਰਿਕ ਚੀਜ਼ਾਂ ਜਿਹੜੀਆਂ ਉਹਨਾਂ ਦਾ। ਇਹ ਕਰਕੇ ਪੰਚਾਇਤ ਵੱਲੋਂ ਵੀ ਮੰਗ ਕੀਤੀ ਗਈ ਬਿਜਲੀ ਮਹਿਕਮੇ ਨੂੰ, ਬਿਜਲੀ ਮਹਿਕਮੇ ਨੇ ਐਸਟੀਮੇਟ ਤਿਆਰ ਕੀਤਾ, ਬਿਜਲੀ ਮਹਿਕਮਾ ਲਾਉਣ ਆਇਆ ਅਤੇ ਉਦੋਂ ਦੂਸਰੀ ਧਿਰ ਜਿਹੜੀ ਦਲਜੀਤ ਕੌਰ ਨੇ ਕੇਸ ਕੀਤਾ ਸੀ ਕੋਰਟ ਦੇ ਵਿੱਚ, ਜਿਹਦਾ ਕੇਸ ਨੰਬਰ CS 869/2020 ਉਹਨਾਂ ਨੇ ਕੇਸ ਕਰਤਾ। ਕੇਸ ਕਰਕੇ ਅਤੇ ਮਾਨਯੋਗ ਅਦਾਲਤ ਕੋਲੋਂ ਸਟੇਅ ਪ੍ਰਾਪਤ ਕਰ ਲਿਆ, ਜਿਸ ਦੇ ਨਾਲ ਕੰਮ ਸਾਡਾ ਰੁਕ ਗਿਆ। ਫਿਰ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕੇਸ ਲੜਦੇ ਆਏ ਅਤੇ ਸਾਰੇ ਆਪਣੇ ਜੋ ਵੀ ਆਪਣੇ ਹੱਕ ਦੇ ਆਪਣੇ ਫੇਵਰ ਦੇ ਜੋ ਡਾਕੂਮੈਂਟ ਸੀ ਉਹ ਸਾਰੇ ਉੱਥੇ ਆਪਾਂ ਪੇਸ਼ ਕੀਤੇ ਕੋਰਟ ਦੇ ਵਿੱਚ, ਮਾਨਯੋਗ ਅਦਾਲਤ ਦੇ ਵਿੱਚ। ਮਾਨਯੋਗ ਅਦਾਲਤ ਵੱਲੋਂ ਜੋ ਤਰੀਕ ਸੀ ਉਹਦੇ ਉੱਤੇ ਲਾਸਟ ਡੇਟ 'ਤੇ ਹੇਅਰਿੰਗ ਹੋਈ 4/9/2024 ਨੂੰ, ਠੀਕ ਹੈ ਜੀ। ਮਾਨਯੋਗ ਜੱਜ ਸਾਹਿਬ ਗੁਰਦਰਸ਼ਨ ਸਿੰਘ ਸੀ, ਉਹਨਾਂ ਵੱਲੋਂ 11/7/2024 ਨੂੰ ਇਹ ਜਿਹੜਾ ਸਟੇਅ ਆ ਉਹ ਡਿਸਮਿਸ ਕਰ ਦਿੱਤਾ ਗਿਆ, ਜਿਸ ਦੀ ਕਿ ਕਾਪੀ ਆ ਆਪਾਂ ਪੇਸ਼ ਕੀਤੀ ਹੋਈ ਆ ਹਰ ਇੱਕ ਜਗ੍ਹਾ 'ਤੇ, ਠੀਕ ਹੈ ਜੀ। ਆਹ ਵਿੱਚ ਉਹਨਾਂ ਨੇ ਲਿਖਿਆ ਵਾ ਡਿਸਮਿਸ ਐਪਲੀਕੇਸ਼ਨ ਮੇ ਕਾਇੰਡਲੀ ਵੀ ਡਿਸਮਿਸ। ਅੱਜ ਕੀ ਗੱਲ? ਹਾਂਜੀ, ਅੱਜ ਇਹ ਆ ਵੀ ਅਸੀਂ ਇਹ ਜਿਹੜਾ ਜਦੋਂ ਕੇਸ ਉਹਨਾਂ ਦਾ ਸਟੇਅ ਡਿਸਮਿਸ ਹੋ ਗਿਆ ਸਾਡੇ ਹੱਕ ਦੇ ਵਿੱਚ ਹੋ ਗਿਆ ਫੇਵਰ 'ਚ, ਅਸੀਂ ਬਿਜਲੀ ਮਹਿਕਮੇ ਕੋਲ ਫਿਰ ਦੁਬਾਰਾ ਤੋਂ ਸਾਡਾ ਟਰਾਂਸਫਾਰਮ ਲਾਉਣ ਦੀ ਮੰਗ ਕੀਤੀ। ਬਿਜਲੀ ਮਹਿਕਮੇ ਨੇ ਉਸ ਦੇ ਉੱਤੇ ਕਾਰਵਾਈ ਕਰਦੇ ਹੋਏ ਫਿਰ ਤੋਂ ਐਸਟੀਮੇਟ ਨਵਾਂ ਜਿਹੜਾ ਵਾ, ਯਾਨੀ ਕਿ ਐਸਟੀਮੇਟ ਉਹ ਹੀ ਉਹਨਾਂ ਦੇ ਜੋ ਰੂਲ ਆ ਰੂਲ ਦੇ ਮੁਤਾਬਕ ਉਹਨਾਂ ਨੇ ਐਸਟੀਮੇਟ ਨੂੰ ਰੀਨਿਊ ਕਰਕੇ ਅੱਜ ਫਿਰ ਲਾਉਣ ਆਏ ਆ ਟਰਾਂਸਫਾਰਮ। ਅਤੇ ਇੱਥੇ ਮੌਕੇ 'ਤੇ ਦੂਸਰੀ ਧਿਰ ਦੇ ਕੋਲ ਕੁਝ ਨਾ ਹੁੰਦਿਆਂ ਆਇਆਂ ਵੀ ਧੱਕਾਸ਼ਾਹੀ ਕਰ ਰਹੀ ਆ, ਅਤੇ ਦੂਸਰੀ ਧਿਰ ਜਿਹੜੀ ਦਲਜੀਤ ਕੌਰ ਦੀ ਧਿਰ ਆ, ਦਲਜੀਤ ਕੌਰ ਜਿਨ੍ਹਾਂ ਨੇ ਕੇਸ ਪਾਇਆ ਉਹ ਅਤੇ ਉਹਦੇ ਘਰ ਦੇ ਇੱਕ ਸਲਾਹ ਹੋ ਕੇ ਸਾਰਿਆਂ ਨੂੰ ਬਿਜਲੀ ਮਹਿਕਮੇ ਵਾਲਿਆਂ ਨੂੰ ਦੂਜਿਆਂ ਨੂੰ ਧਮਕੀਆਂ ਦਿੰਦੇ, ਸਾਨੂੰ ਵੀ ਧਮਕੀਆਂ ਦਿੰਦੇ ਵੀ ਜੇ ਤੁਸੀਂ ਟਰਾਂਸਫਾਰਮ ਲਵਾਇਆ ਤਾਂ ਵੇਖਿਓ ਕੀ ਬਣਦਾ। ਇਸ ਕਰਕੇ ਅਸੀਂ ਮਹਿਕਮੇ ਨੂੰ ਮਹਿਕਮੇ ਕੋਲੋਂ ਅਸੀਂ ਮੰਗ ਕੀਤੀ ਵੀ ਸਾਡਾ ਉੱਥੇ ਟਰਾਂਸਫਾਰਮ ਲਵਾਇਆ ਜਾਵੇ ਪਰ ਕੋਈ ਲੜਾਈ ਝਗੜਾ ਨਾ ਆਵੇ, ਪੁਲਿਸ ਪ੍ਰੋਟੈਕਸ਼ਨ ਲਈ ਜਾਵੇ। ਅਤੇ ਜਈ ਸਾਹਿਬ ਨੇ ਸਾਡੀ ਬੇਨਤੀ ਨੂੰ ਸੁਣਦਿਆਂ ਆ ਆਪਣੇ ਅਫਸਰਾਂ ਨੂੰ ਬੇਨਤੀ ਕਰਕੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਆ ਮੌਜੂਦਗੀ ਇੱਥੇ ਕਰਵਾਈ ਆ, ਪੁਲਿਸ ਪ੍ਰਸ਼ਾਸਨ ਕੋਲੋਂ ਉਹਨਾਂ ਨੇ ਸਿਕਿਉਰਿਟੀ ਮੰਗੀ, ਪ੍ਰੋਟੈਕਸ਼ਨ ਮੰਗੀ। ਖੰਭੇ ਲੱਗ ਗਿਆ ਜੀ? ਹਾਂਜੀ, ਹੁਣ ਇਸ ਟਾਈਮ ਪੁਲਿਸ ਮਹਿਕਮੇ ਵੱਲੋਂ ਅਤੇ ਬਿਜਲੀ ਮਹਿਕਮੇ ਵੱਲੋਂ ਇਹ ਸਾਡੇ ਕੰਮ ਨੂੰ ਨੇਪਰੇ ਚਾੜਦੇ ਆ, ਇਸ ਦੇ ਪੋਲ ਜਿਹੜੇ ਉਹ ਲਗਾ ਦਿੱਤੇ ਗਏ ਆ, ਸਾਨੂੰ ਇਸ ਦੇ ਵਿੱਚ ਕੋਈ ਇਤਰਾਜ਼ ਨਹੀਂ ਆ। ਲੇਕਿਨ ਦੂਜੀ ਪਾਰਟੀ ਕਹਿੰਦੀ ਸਾਡਾ ਇਹ ਕੇਸ ਚੱਲਦਾ ਪਿਆ ਵਾ। ਦੂਸਰੀ ਪਾਰਟੀ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ, ਦੂਸਰੀ ਪਾਰਟੀ ਕੋਲ ਜੇ ਕੋਈ ਡਾਕੂਮੈਂਟ ਹੈਗਾ ਸਾਡੇ ਵਾਂਗੂ ਆਫੀਸ਼ੀਅਲ ਡਾਕੂਮੈਂਟ ਜੇ ਕੋਈ ਹੈਗਾ ਤਾਂ ਦੂਸਰੀ ਪਾਰਟੀ ਉਹਦੇ ਵਿੱਚ ਪੇਸ਼ ਕਰੇ। ਜੇ ਦੂਸਰੀ ਪਾਰਟੀ ਕੋਲ ਕੋਈ ਸਟੇਅ ਆ, ਕੇਸ ਤਾਂ ਚੱਲਦੇ ਰਹਿੰਦੇ ਆ, ਕੇਸ ਤਾਂ ਮੁੱਕਦੇ ਨਹੀਂ। ਜੇ ਦੂਸਰੀ ਪਾਰਟੀ ਦੇ ਕੋਲ ਕੋਈ ਸਟੇਅ ਆ ਤਾਂ ਉਹਨਾਂ ਨੂੰ ਵਿਖਾਉਣ, ਜੇ ਸਟੇਅ ਹੁੰਦਾ ਤਾਂ ਮਹਿਕਮੇ ਨੇ ਆਪਣੇ ਆਪ ਹੀ ਨਹੀਂ ਲਾਉਣਾ, ਇਸ ਦੇ ਵਿੱਚ ਸਾਡਾ ਕੋਈ ਰੋਲ ਹੀ ਨਹੀਂ, ਸਾਡਾ ਇਸ ਦੇ ਨਾਲ ਕੋਈ ਲਿੰਕ ਨਹੀਂ, ਕੋਈ ਲੈਣਾ ਦੇਣਾ ਨਹੀਂ। ਸਾਨੂੰ ਸਿਰਫ ਆਪਣੀ ਬਿਜਲੀ ਚਾਹੀਦੀ, ਅਸੀਂ ਮਹਿਕਮੇ ਨੂੰ ਐਪਲੀਕੇਸ਼ਨ ਦਿੱਤੀ ਆ, ਮਹਿਕਮੇ ਨੇ ਵੇਖਣਾ ਹੁੰਦਾ ਕਿ ਇਹਨਾਂ ਨੂੰ ਬਿਜਲੀ ਦੇਣੀ ਕਿ ਨਹੀਂ ਦੇਣੀ। ਮਹਿਕਮੇ ਨੇ ਬਿਜਲੀ ਦੇਣ ਦਾ ਕਰਕੇ ਉਹਨਾਂ ਨੂੰ ਮਹਿਕਮੇ ਨੇ ਵੇਖਿਆ ਵੀ ਇੱਥੇ ਬਿਜਲੀ ਦੀ ਜ਼ਰੂਰਤ ਆ ਅਤੇ ਮਹਿਕਮੇ ਨੇ ਐਸਟੀਮੇਟ ਪਾਸ ਕਰਕੇ ਮਹਿਕਮੇ ਨੇ ਲਵਾਇਆ, ਸਾਡਾ ਇਸ ਦੇ ਵਿੱਚ ਕੋਈ ਰੋਲ ਨਹੀਂ ਆ, ਸਾਨੂੰ ਇਹਨਾਂ ਦਾ ਕੋਈ ਗੁੱਸਾ ਗਿਲਾ ਨਹੀਂ ਕਿਸੇ ਨਾਲ ਵੀ। ਭਾਅ ਜੀ, ਇਹ ਸਾਡਾ ਕੇਸ ਚੱਲਦਾ ਵਾ ਅੱਜ ਤੋਂ 4 ਸਾਲ ਪਹਿਲਾਂ ਦਾ, ਸਾਨੂੰ ਅਦਾਲਤ ਨੇ ਸਟੇਅ ਦਿੱਤਾ ਹੈ, ਸਾਡਾ ਸਟੇਅ ਜਿਹੜਾ ਟੁੱਟ ਗਿਆ ਅਤੇ ਇਹਨਾਂ ਨੇ ਬਿਜਲੀ ਬੋਰਡ ਨੇ ਆਣ ਕੇ ਕਾਰਵਾਈ ਕੀਤੀ, ਆਪਣੀ ਅਸੀਂ ਅਪੀਲ ਪਾਈ, ਸਾਡੀ ਅਪੀਲ ਮਨਜ਼ੂਰ ਹੋਈ ਆ ਅਤੇ ਸੈਸ਼ਨ ਜੱਜ ਦੇ ਅਤੇ ਹਾਈ ਕੋਰਟ ਵੀ ਸਾਡਾ ਕੇਸ ਚੱਲਦਾ ਪਿਆ ਜੇ। ਹਾਈ ਕੋਰਟ ਦੀ ਆਪਣੀ ਜਨਵਰੀ ਦੀ ਤਰੀਕ ਆ,
ਅਤੇ ਇਸ ਦੀ ਅਪੀਲ ਦੀ ਜਿਹੜੀ ਆ ਉਹਦੀ ਪਈ ਆ ਉਸ ਦੀ ਨਵੰਬਰ ਦੀ ਤਰੀਕ ਆ, ਨਵੰਬਰ ਮਹੀਨੇ ਦੀ, ਅਤੇ ਇਹ ਪੁਲਿਸ ਪ੍ਰਸ਼ਾਸਨ ਦਾ ਦਬਾਅ ਵਾ ਨਾਲ ਅਤੇ ਨਾਲ ਬਿਜਲੀ ਬੋਰਡ ਦਾ, ਅਤੇ ਇਹ ਕਰਵਾਉਣ ਡਿਆ ਮਨਜਿੰਦਰ ਸਿੰਘ ਅਤੇ ਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਸਰਪੰਚ ਅਤੇ ਰੁਪਿੰਦਰ ਸਿੰਘ, ਰੁਪਿੰਦਰ ਸਿੰਘ ਸਨ ਉਹ ਸੁਰਜੀਤ ਸਿੰਘ, ਅਤੇ ਇਹ ਬੰਦੇ ਕਰਵਾਉਣ ਡੇ ਜੇ ਕੋਈ ਕੱਲ੍ਹ ਨੂੰ ਸਾਡੇ ਇੱਥੇ ਜਾਨੀ ਜਾਂ ਕੋਈ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਪੁਲਿਸ ਡਿਪਾਰਟਮੈਂਟ, ਬਿਜਲੀ ਬੋਰਡ ਅਤੇ ਸਰਪੰਚ ਅਤੇ ਮਨਜਿੰਦਰ ਸਿੰਘ ਪੰਚਾਇਤ ਮੈਂਬਰ, ਇਹਨਾਂ ਪੰਚਾਇਤ ਮੈਂਬਰ ਵੱਲੋਂ ਮਤਾ ਵੀ ਪਾ ਕੇ ਦਿੱਤਾ ਗਿਆ ਵਾ, ਜਾਂ ਕਿ ਉਹ ਜੈਲੀ ਮਤਾ ਪਾਇਆ ਗਿਆ। ਹਾਂਜੀ, ਅਤੇ ਜੇ ਕੋਈ ਅਤੇ ਉਹਦੇ ਵਿੱਚ ਨਾ ਕਿਸੇ ਸੈਕਟਰੀ ਦੇ ਨਾ ਕਿਸੇ ਬੀ ਡੀ ਓ ਦੇ ਸਹਿਣ ਆ, ਅਤੇ ਜੇ ਕੋਈ ਕੱਲ੍ਹ ਨੂੰ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਜਿਹੜਾ ਵਾ। ਅੱਜ ਕੀ ਹੋਇਆ? ਅੱਜ ਇਹਨਾਂ ਨੂੰ ਧੱਕੇ ਨਾ ਆਣ ਕੇ ਬਲੇ ਗੱਡੇ ਗਏ ਆ ਪੁਲਿਸ ਡਿਪਾਰਟਮੈਂਟ ਵੱਲੋਂ ਅਤੇ ਨਾਲ ਪ੍ਰਸ਼ਾਸਨ ਵੱਲੋਂ। ਅਸੀਂ ਸਾਰੇ ਮਹਿਕਮਿਆਂ ਨੂੰ ਚਿੱਠੀਆਂ ਕੱਢੀਆਂ ਹੋਈਆਂ ਇਹਨਾਂ ਦੇ, ਬਿਜਲੀ ਬੋਰਡ ਦੇ, ਬਾਰਡਰ ਜ਼ੋਨ ਦੇ, ਪਟਿਆਲੇ ਤੱਕ ਅਸੀਂ ਸਾਰੇ ਚਿੱਠੀਆਂ ਕੱਢੀਆਂ ਹੋਈਆਂ। ਆਹ ਸਾਡੇ ਆਹ ਸਾਡੀ ਉਹ ਚਿੱਠੀ ਆ ਜਿਹੜੀ ਅਸੀਂ ਸਾਰੀ ਕੱਢੀ ਹੋਈ ਹੈ। ਹਾਂਜੀ, ਸਾਡੀ ਮੰਗ ਹੈ ਵੀ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਵਾ, ਸਾਡੇ ਕੇਸ ਚੱਲਣ ਡੇ ਸੀ ਉਨਾ ਚਿਰ ਨਹੀਂ ਸੀ ਇਹਨਾਂ ਨੂੰ ਕੰਮ ਕਰਨਾ ਚਾਹੀਦਾ, ਜਿੰਨਾ ਚਿਰ ਸਾਡੇ ਕੇਸ ਚੱਲਦੇ ਸੀ ਉਨਾ ਚਿਰ ਇਹਨਾਂ ਨੂੰ ਕੰਮ ਨਹੀਂ ਸੀ ਕਰਨਾ ਚਾਹੀਦਾ। ਇਹ ਆਰਡਰ ਦੇ ਵਿੱਚ ਇਹ ਥੋੜ੍ਹਾ ਲਿਖਿਆ ਵਾ ਵੀ ਜੱਜ ਸਾਹਿਬ ਨੇ ਆਰਡਰ ਕੀਤਾ ਵਾ ਵੀ ਕੋਈ ਜਗ੍ਹਾ ਦੱਸੀ ਆ ਵੀ ਉਸੇ ਜਗ੍ਹਾ 'ਤੇ ਲਾਓ, ਨਾ ਆਰਡਰ ਦੇ ਵਿੱਚ ਇਹ ਮੈਂਸ਼ਨ ਹੋਇਆ ਵਾ ਵੀ ਆਪਣਾ ਪੁਰਾਣਾ ਐਸਟੀਮੇਟ ਜਿਹੜਾ ਵਾ ਜਿਹੜਾ ਪਹਿਲਾਂ ਲੱਗਾ ਵਾ ਉਹੀ ਲੱਗੂਗਾ। ਅੱਜ ਤੋਂ 4 ਸਾਲ ਪਹਿਲਾਂ ਦਾ ਜਿਹੜਾ ਕੇਸ ਆ ਚੱਲਣ ਡਿਆ ਵਾ, ਅਤੇ ਗਾੜੀ ਕੋਈ ਰੈਸ਼ ਹੋਈ ਹੋਵੇ, ਅਦਾਲਤ ਨਿਆਣੀ ਥੋੜ੍ਹਾ ਵਾ, ਗਾੜੀ ਕੋਈ ਰੈਸ਼ ਹੋਈ ਹੋਵੇ ਤਾਂ ਉੱਥੇ ਲਾ ਦਿੱਤਾ ਜਾਊ, ਕੰਨਾਂ ਦੇ ਬੂਹੇ ਗਾੜੀ ਲਾ ਦਿੱਤਾ। ਨਹੀਂ, ਸਾਡੀ ਸਹਿਮਤੀ ਕੋਈ ਨਹੀਂ। ਹਾਂਜੀ, ਧੱਕੇ ਨਾਲ ਇਹ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਆਉਂਦੇ ਹਾਂ, ਉਹ ਆਉਂਦੇ ਆ ਵੀ ਸਾਨੂੰ ਅਦਾਲਤ ਵੱਲੋਂ ਹੁਕਮ ਆ ਤੁਹਾਡੇ 'ਤੇ, ਅਸੀਂ ਜਿਹੜੀ ਬਣਦੀ ਕਾਰਵਾਈ ਅਸੀਂ ਆਪਣਾ ਪਰਚੇ ਕਰਾਂਗੇ ਤੁਹਾਡੇ। ਹਾਂਜੀ, ਜਾਵਾਂਗੇ ਅਸੀਂ ਹਾਈਕੋਰਟ ਅੱਗੇ ਕੀਤਾ ਵਾ, ਹਾਈਕੋਰਟ ਅਸੀਂ ਕੇਸ ਕੀਤਾ ਹੋਇਆ ਵਾ। ਹਾਈਕੋਰਟ ਦੀ ਸਾਡੀ ਤਰੀਕ ਹੈ ਜੀ 16 ਜਨਵਰੀ 2025। ਇਹ ਕੇਸ ਚੱਲਣ ਡਿਆ ਸਾਡਾ 24 ਸਤੰਬਰ 2020 ਦਾ ਚੱਲਣ ਡਿਆ ਜੀ। ਹਾਂਜੀ, ਕੇਸ ਚੱਲਦਾ ਪਿਆ।